ਭਾਈ ਤਾਂ ਸੋਨੀਆ ਔਰ ਮੈਂ ਸਮਰਾਲੇ ਦੀ ਰਹਿਣ ਵਾਲੀ ਹਾਂ। ਕੀ ਮਾਮਲਾ ਹੋਇਆ ਜੀ? ਮੈਂ ਜੌਬ ਤੋਂ ਘਰ ਜਾ ਰਹੀ ਸੀਗੀ ਤੇ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ। ਕਿੱਥੇ ਕੰਮ ਕਰਦੇ ਹੋ? ਮੈਂ ਜੀ PNB ਬੈਂਕ ਵਿੱਚ ਆ ਲੁਧਿਆਣੇ। ਘਟਨਾ ਵਾ ਕਿੰਨੇ ਕੁ ਵਜੇ ਦੀ ਘਟਨਾ? ਇਹ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ, 4:30 ਦੀ ਹੋਏਗੀ, 4:45 ਦੇ ਵਿੱਚ। ਪਿੱਛੇ ਤਾਂ ਮੈਂ ਦੇਖਿਆ ਨੀ, ਮੇਰੀ ਐਕਚੁਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ, ਵੈਬਐਕਸ ਕਾਲ ਹੁੰਦੀ ਆ, ਮੀਟਿੰਗ ਹੁੰਦੀ ਆ, ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ। ਨਹੀਂ ਗੱਲ ਵੀ ਨਹੀਂ ਕਰ ਰਹੀ ਸੀ, ਜਸਟ ਫੜਿਆ ਹੋਇਆ ਸੀਗਾ, ਪੈਦਲ ਸੀਗਾ ਸਰ, ਪੈਦਲ ਸੀਗਾ। ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈਗਾ, ਤੇ ਹਾਂਜੀ ਹਾਂਜੀ ਮੁੜਕੇ ਤੇ ਫੜ ਲਿਆ। ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ? ਨਹੀਂ ਮੈਂ ਨਹੀਂ ਮਿਲੀ ਆ ਉਹਨਾਂ ਨੂੰ, ਅੰਕਲ ਉਹਨਾਂ ਨੂੰ ਪਤਾ। ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ? ਹਾਂਜੀ ਬਹੁਤ ਜ਼ਿਆਦਾ ਇਨਵਾਇਰਮੈਂਟ ਖਰਾਬ ਹੈਗਾ, ਇਹਦੇ ਲਈ ਕੁਛ ਕਰਨਾ ਚਾਹੀਦਾ ਹੈ, ਹੈ ਨਾ ਗਵਰਨਮੈਂਟ ਨੂੰ। ਹਾਂਜੀ ਆਏ ਹੋਏ ਆ, ਪੁਲਿਸ ਵਾਲੇ ਆਏ ਹੋਏ। ਇਸਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸਦੇ ਲਈ ਆਪਾਂ ਨੂੰ ਕੁਛ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ, ਤਾਂ ਕਿ ਕਿਸੇ ਹੋਰ ਨਾਲ ਇਹ ਚੀਜ਼ ਹੋਵੇ, ਇਹ ਕਹਿਣਾ ਚਾਹੂੰਗੀ। ਮਨੀ ਆ ਵੀਰੇ ਨਾਮ ਦੀ, ਕੀ ਘਟਨਾ ਵਾਪਰੀ ਹੈ, ਕਿੰਨੇ ਵਜੇ? ਵੀਰੇ ਉਰੇ ਨਾ 5:45 ਉਰੇ ਇੱਕ ਮੈਡਮ ਤੁਰੇ ਜਾ ਰਹੇ ਸੀਗੇ, ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ, ਇੱਧਰੋਂ ਇੱਕ ਆਇਆ ਸਮੈਕੀਆ ਜਿਹਾ, ਉਹਨਾਂ ਨੇ ਉਹਦੇ ਹੱਥੋਂ ਫੋਨ ਖੋਇਆ, ਉਹ ਭੱਜ ਲਿਆ ਉੱਧਰ ਨੂੰ। ਪਿੱਛੇ ਉਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ, ਉਹ ਚਾਹ ਪੀ ਰਹੇ ਸੀਗੇ, ਉਹਨਾਂ ਨੇ ਸਕੂਟਰੀ ਚੱਕੀ, 1-2 ਜਾਣੇ ਹੋਰ ਬੈਠੇ ਸੀ, ਉਹ ਸਾਰੇ ਜਾਣੇ ਚਲੇ ਗਏ, ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ, ਅਤੇ ਹੁਣ ਉਹ ਫੜਿਆ ਸੀਗਾ ਅਤੇ ਥਾਣੇ SHO ਸਾਹਿਬ ਨੂੰ ਫੋਨ ਕਰਤਾ ਸੀਗਾ, ਅਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚੰਦ ਜੀ SI, ਉਹ ਲੈ ਗਏ ਉਹਨਾਂ ਨੂੰ ਥਾਣੇ ਜੀ। ਵੀਰੇ ਬਹੁਤ ਵਾਰਦਾਤਾਂ ਹੋ ਰਹੀਆਂ ਨੇ ਮੁਹੱਲੇ ਦੇ ਵਿੱਚ, ਚੋਰੀਆਂ ਬਹੁਤ ਵੱਧ ਰਹੀਆਂ ਨੇ, ਪਹਿਲਾਂ ਵੀ ਅਸੀਂ 1-2 ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ, ਬਹੁਤ ਚੋਰੀਆਂ ਹੋ ਰਹੀਆਂ ਨੇ ਜੀ, ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ, ਨਸ਼ੇ ਕਰਕੇ ਹੋ ਰਿਹਾ ਜੀ। ਪਤਾ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ? ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ, ਠੀਕ ਆ, ਕਦੇ ਰਾਜੇ ਵਾਲਾ ਦਾ ਕਹਿ ਦਿੰਦਾ, ਕਦੇ ਕੁੱਲੇ ਵਾਲਾ ਦਾ ਕਹਿ ਦਿੰਦਾ, ਪਤਾ ਨਹੀਂ ਲੱਗਦਾ ਜੀ ਕੀ ਸੱਚ, ਪਰ ਨਸ਼ੇ ਕਰਕੇ ਹੋ ਰਿਹਾ, ਜੋ ਕੁਛ ਵੀ ਹੋ ਰਿਹਾ, ਬਹੁਤ ਉਰੇ ਚੋਰੀਆਂ ਹੋ ਰਹੀਆਂ ਨੇ, ਬਹੁਤ ਫੋਨ ਖੋਏ ਜਾਣ ਰਹੇ।